ਕਿ ਤੁਹਾਨੂੰ ਇੱਥੇ ਦਾ ਸਿਟੀ ਸੈਂਟਰ ਦਿਖਾਵਾਂ, ਮਤਲਬ ਜਿਹੜਾ ਹਰੇਕ ਸ਼ਹਿਰ ਦਾ ਇੱਕ ਸੈਂਟਰਲ ਪੁਆਇੰਟ ਹੁੰਦਾ ਨਾ, ਇਹਨਾਂ ਕੋਲ ਫਰੈਸ਼ ਫਿਸ਼ ਹੁੰਦੀ ਆ ਉਦੋਂ ਹੀ ਇਹ ਓਪਨ ਹੁੰਦੀ ਆ, ਜਦੋਂ ਇਹਨਾਂ ਦੀ ਫਿਸ਼ ਫਿਨਿਸ਼ ਹੋ ਜਾਂਦੀ ਆ ਨਾਲ ਦੀ ਨਾਲ ਇਹ ਸ਼ੋਪ ਬੰਦ ਕਰ ਦਿੰਦੇ ਆ, ਮਤਲਬ ਤੁਹਾਨੂੰ ਇੱਥੇ ਕਦੇ ਵੀ ਬਿਹਾ ਮੀਟ ਨਹੀਂ ਮਿਲੇਗਾ। ਸੋ ਆਹ ਜਿਵੇਂ ਏਸ਼ੀਅਨ ਸਟ੍ਰੀਟ ਫੂਡ ਰੈਸਟੋਰੈਂਟ ਆ, ਇਹਦੇ ਵੀ ਅੰਦਰ ਇੱਕ ਦੋ ਟੇਬਲ ਬੈਠੇ ਨੇ, ਬਾਕੀ ਖਾਲੀ ਆ। ਬੱਸ ਆ ਗਈ ਆਪਣੀ, ਚੱਲਦੇ ਹਾਂ ਬੱਸ ਦੇ ਅੰਦਰ। ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਛੋਟਿਆਂ ਨੂੰ ਪਿਆਰ ਅਤੇ ਵੱਡਿਆਂ ਦੇ ਪੈਰੀ ਪਹਿਨੇ ਆ ਜੀ। ਸਵੇਰ ਦੇ ਤਕਰੀਬਨ 9 ਵਜੇ ਨੇ, ਮੌਸਮ ਠੰਡਾ ਪਰ ਨਿੱਘਾ ਵਾ, ਕਿਉਂਕਿ ਧੁੱਪ ਚੜ੍ਹੀ ਹੋਈ ਆ ਪੂਰੀ ਵਧੀਆ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਲੇ ਦੁਆਲੇ ਪੂਰਾ ਨਜ਼ਾਰਾ ਵਾ। ਮੈਂ ਉੱਦਾਂ ਹੀ ਮਾੜੀ ਜਿਹੀ ਵੋਕ ਕਰ ਰਿਹਾ ਸੀਗਾ, ਇਸ ਟਾਈਮ ਮੈਂ ਕੰਮ 'ਤੇ ਹੀ ਹਾਂ। ਬਾਕੀ ਨਾ ਇੱਧਰਲੀ ਸਾਈਡ 'ਤੇ ਆ ਜਿਵੇਂ ਜਿਹੜਾ ਤੁਰੰਗੇ ਦਾ ਵਾਟਰ ਫਰੰਟ ਆ, ਉਹਦੇ ਨਾਲ ਆ ਕਾਰਗੋ ਸ਼ੈੱਡ ਆ। ਇੱਕ ਮਿੰਟ, ਪੇਪਰ ਜਿਹਾ ਉੜ ਗਿਆ ਸਾਰੇ ਉਹਨਾਂ ਦੇ। ਐਨੀਵੇ, ਕਾਰਗੋ ਸ਼ੈੱਡ ਆ ਜਿਵੇਂ ਵਾਟਰ ਫਰੰਟ 'ਤੇ ਬਣਿਆ ਹੋਇਆ, ਅਤੇ ਇਹਨੂੰ ਨਾ ਬੜੇ ਅਲੱਗ ਅਲੱਗ ਤਰੀਕੇ ਨਾਲ ਯੂਜ਼ ਕਰਦੇ ਆ ਇੱਥੇ, ਜਿਵੇਂ ਕਦੇ ਕੋਈ ਐਗਜੀਬਿਸ਼ਨ ਲਾ ਦਿੰਦੇ ਆ, ਕਦੇ ਕੋਈ ਸੇਲ ਲਾ ਦਿੰਦੇ ਆ, ਕੁਛ ਨਾ ਕੁਛ ਚੱਲਦਾ ਰਹਿੰਦਾ। ਇੱਕ ਮਤਲਬ ਗੌਰਮੈਂਟ ਵੱਲੋਂ ਜਾਂ ਕੌਂਸਲ ਵੱਲੋਂ ਹੀ ਸੈਟਅਪ ਕੀਤਾ ਹੋਇਆ ਸ਼ੈੱਡ, ਪਰ ਵਧੀਆ ਯੂਟੀਲਾਈਜ਼ ਹੁੰਦਾ, ਤੁਸੀਂ ਹਾਇਰ ਕਰ ਸਕਦੇ ਹੋ ਇੱਕ ਦਿਨ ਲਈ ਇੱਦਾਂ। ਬਾਕੀ ਐਨੀਵੇ, ਥੋੜ੍ਹਾ ਜਿਹਾ ਨਜ਼ਾਰਾ ਲੈਂਦੇ ਹਾਂ ਇੱਥੇ ਖੜ੍ਹ ਕੇ ਮੌਸਮ ਦਾ। ਇੱਧਰਲੇ ਸਾਈਡ 'ਤੇ ਹਾਰਬਰ ਬ੍ਰਿਜ ਆ ਜਿਹੜਾ ਕਿ ਮਾਊਂਟ ਮਾਂਗਾ ਨੂੰ ਇੰਨਾ ਕਨੈਕਟ ਕਰਦਾ ਆਪਾਂ ਨੂੰ। ਇੱਧਰ ਸਾਹਮਣੇ ਨਾ ਏਅਰਪੋਰਟ ਆ, ਅਤੇ ਆ ਹੁਣੇ ਦੋ ਪਲੇਨ ਚੜ੍ਹੇ ਨੇ, ਇਹਨਾਂ 'ਚੋਂ ਜਿਹੜਾ ਫਰੰਟ ਪਲੇਨ ਆ ਇੰਜਣ ਵਾਲਾ, ਜਿਹੜਾ ਬੈਕ ਪਲੇਨ ਆ ਨਾ ਉਹ ਵਿਦਆਊਟ ਇੰਜਣ ਆ, ਤਾਂ ਇਹਨੂੰ ਬਸ ਉੱਤੇ ਲਿਆ ਕੇ ਇਹਨੇ ਛੱਡ ਦੇਣਾ, ਫਿਰ ਉਹ ਹੌਲੀ ਹੌਲੀ ਆਪ ਫਲਾਈ ਕਰਦਾ ਉਤਰੂਗਾ। ਮਤਲਬ ਲੋਕ ਐਡਵੈਂਚਰ ਕਰਨ ਲਈ ਇੱਦਾਂ ਦੇ ਕੰਮ ਕਰਦੇ ਆ। ਬਾਕੀ ਇਹ ਵਾਟਰ ਫਰੰਟ ਹੈ ਬੜਾ ਸੋਹਣਾ ਇੱਥੇ ਦਾ। ਆ ਬ੍ਰਿਜ ਪਹਿਲਾਂ ਕਾਫੀ ਟਾਈਮ ਪਹਿਲਾਂ ਨਹੀਂ ਹੁੰਦਾ ਸੀਗਾ, ਉਦੋਂ ਜੇ ਕਿਸੇ ਨੇ ਮਾਊਂਟ ਮਾਂਗਾ ਨਹੀਂ ਜਿਹੜਾ ਕਿ ਬ੍ਰਿਜ ਦੇ ਪਰਲੇ ਪਾਸੇ ਆ ਜਾਣਾ ਹੁੰਦਾ ਸੀ, ਬੜੀ ਉੱਤੇ ਦੀ ਘੁੰਮ ਕੇ ਜਾਂਦੇ ਹੁੰਦੇ ਸੀਗੇ, ਹੈ ਨਾ, ਕਾਫੀ ਦੂਰ ਪੈ ਜਾਂਦਾ ਸੀ। ਅਤੇ ਬਾਕੀ ਇੱਦਾਂ ਹੀ ਲੋਕ ਆਪਣੀਆਂ ਬੋਟਸ ਵਗੈਰਾ ਇੱਥੇ ਪਾਰਕ ਕਰ ਦਿੰਦੇ ਆ, ਪ੍ਰਾਈਵੇਟ ਬੋਟਸ ਨੇ ਸਾਰੀਆਂ। ਜਿੱਥੇ ਮੈਂ ਖੜ੍ਹਾ ਵੀ ਹਾਂ ਉਹ ਵੀ ਸਾਰਾ ਮਤਲਬ ਆ ਪਾਣੀ ਦੇ ਬਿਲਕੁਲ ਫਰੰਟ 'ਤੇ ਹੀ ਆ। ਸੋ ਅੱਜ ਆਪਾਂ ਐਂ ਕਰਦੇ ਹਾਂ, ਮੈਂ ਦਿਨ ਦੇ ਵਿੱਚ ਟਰਾਈ ਕਰੂੰਗਾ ਕਿ ਤੁਹਾਨੂੰ ਇੱਥੇ ਦਾ ਸਿਟੀ ਸੈਂਟਰ ਦਿਖਾਵਾਂ, ਮਤਲਬ ਜਿਹੜਾ ਹਰੇਕ ਸ਼ਹਿਰ ਦਾ ਇੱਕ ਸੈਂਟਰਲ ਪੁਆਇੰਟ ਹੁੰਦਾ ਨਾ। ਇਹ ਹਾਲੇ ਬਹੁਤ ਜ਼ਿਆਦਾ ਕੰਸਟਰਕਸ਼ਨ ਚੱਲ ਰਹੀ ਹੈ ਇੱਥੇ, ਕਿਉਂਕਿ ਜਿਹੜੀਆਂ ਪੁਰਾਣੀਆਂ ਬਿਲਡਿੰਗ ਸੀਗੀਆਂ ਨਾ ਉਹ ਸਾਰੀਆਂ ਹੀ ਇਹਨਾਂ ਨੇ ਢਾ ਕੇ, ਜਿਵੇਂ ਉਹ ਜਿਵੇਂ ਅਰਥਕੁਏਕ ਕਾਫੀ ਆਉਂਦੇ ਆ ਇੱਥੇ ਨਿਊਜ਼ੀਲੈਂਡ ਦੇ ਵਿੱਚ ਨਾ, ਤਾਂ ਅਰਥਕੁਏਕ ਪਰੂਫ ਨਹੀਂ ਸੀਗੀਆਂ, ਤਾਂ ਇਹਦੇ ਵਿੱਚ ਕੀ ਕਰਦੇ ਆ ਬਿਲਡਿੰਗ ਇਸ ਤਰੀਕੇ ਨਾਲ ਸਟਰਕਚਰ ਤਿਆਰ ਕਰਦੇ ਆ ਕਿ ਮਾੜੀ ਮੋਟੀ ਮੂਵਮੈਂਟ ਹੋਵੇ ਨਾ ਤਾਂ ਬੋਡੀ ਸਹਿਲ ਵੇ ਉਹਨੂੰ, ਮਤਲਬ ਬਿਲਡਿੰਗ ਦੀ ਗਿਰੇ ਨਾ। ਸੋ ਉਸ ਹਿਸਾਬ ਨਾਲ ਇਹਨੂੰ ਤਿਆਰ ਕਰ ਰਿਹਾ, ਸਾਰੀਆਂ ਬਿਲਡਿੰਗਾਂ ਢਾ ਕੇ ਨਵੀਆਂ ਤਿਆਰ ਕਰ ਰਹੇ ਨੇ। ਸੋ ਮੈਂ ਟਰਾਈ ਕਰੂੰਗਾ ਤੁਹਾਨੂੰ ਥੋੜ੍ਹਾ ਜਿਹਾ ਤੁਰ ਫਿਰ ਕੇ ਨਾ ਸਿਟੀ ਸੈਂਟਰ ਦਿਖਾਵਾਂ ਅੱਜ। ਅੱਛਾ, ਇੱਥੇ ਦੀ ਨਾ ਇੱਕ ਫਿਸ਼ ਮਾਰਕੀਟ ਆ, ਬੋਬੀਜ਼ ਫਿਸ਼ ਮਾਰਕੀਟ, ਜਿਹੜੀ ਕਿ ਬਿਲਕੁਲ ਵਾਟਰ ਫਰੰਟ 'ਤੇ ਆ। ਇਹ ਕਾਫੀ ਫੇਮਸ ਆ ਟੋਰੰਗੇ ਦੇ ਵਿੱਚ, ਇਹ ਫਰੈਸ਼ ਫਿਸ਼ ਬਣਾ ਕੇ ਦਿੰਦੇ ਆ, ਮਤਲਬ ਇਹਨਾਂ ਦੀ ਆਪਣੀਆਂ ਬੋਟਸ ਵਗੈਰਾ ਨੇ, ਤਾਂ ਇਹ ਜਦੋਂ ਇਹਨਾਂ ਕੋਲ ਫਰੈਸ਼ ਫਿਸ਼ ਹੁੰਦੀ ਆ ਉਦੋਂ ਹੀ ਇਹ ਓਪਨ ਹੁੰਦੀ ਆ, ਜਦੋਂ ਇਹਨਾਂ ਦੀ ਫਿਸ਼ ਫਿਨਿਸ਼ ਹੋ ਜਾਂਦੀ ਆ ਨਾਲ ਦੀ ਨਾਲ ਇਹ ਸ਼ੋਪ ਬੰਦ ਕਰ ਦਿੰਦੇ ਆ, ਮਤਲਬ ਤੁਹਾਨੂੰ ਇੱਥੇ ਕਦੇ ਵੀ ਬਿਹਾ ਮੀਟ ਨਹੀਂ ਮਿਲੇਗਾ। ਅਤੇ ਫਿਸ਼ ਐਂਡ ਚਿਪਸ ਬਹੁਤ ਮਸ਼ਹੂਰ ਨੇ ਇਹਨਾਂ ਦੇ, ਜੇ ਤੁਸੀਂ ਕਦੇ ਇੱਧਰਲੀ ਸਾਈਡ 'ਤੇ ਆਉਂਦੇ ਜ਼ਰੂਰ ਟਰਾਈ ਕਰਿਓ। ਬਾਕੀ ਜਿੰਨਾ ਕੁ ਏਰੀਆ ਜਿਵੇਂ ਇੱਧਰਲੀ ਸਾਈਡ 'ਤੇ ਸਾਰਾ ਵਾਟਰ ਫਰੰਟ ਆ, ਇਹਦੇ ਨਾਲ ਨਾਲ ਫਰੰਟ 'ਤੇ ਆ ਨਾ, ਇੱਥੇ ਜਿਵੇਂ ਇੱਥੇ ਦੀਆਂ ਮੇਨ ਬਾਰਸ ਪੱਬਸ ਇੱਦਾਂ ਦਾ ਕੁਛ ਆ, ਦਾ ਸਟ੍ਰੈਂਡ ਕਹਿੰਦੇ ਆ ਜਗ੍ਹਾ ਨੂੰ। ਸੋ ਇੱਥੇ ਕਾਫੀ ਰੈਸਟੋਰੈਂਟ ਨੇ, ਬਾਰਸ ਨੇ, ਮਤਲਬ ਵੀਕਐਂਡ ਵਗੈਰਾ 'ਤੇ ਕਾਫੀ ਬਿਜ਼ੀ ਹੁੰਦਾ ਇਹ ਏਰੀਆ ਸਾਰਾ, ਅਤੇ ਕੋਈ ਫੋਟੋ ਐਗਜੀਬਿਸ਼ਨਸ ਹੁੰਦੀਆਂ ਜਾਂ ਕੁਛ ਵੀ ਮੇਨ ਕਰਦੇ ਆ ਤਾਂ ਇੱਥੇ ਵਾਟਰ ਫਰੰਟ 'ਤੇ ਕਰਦੇ ਆ। ਆਹ ਜਿਹੜਾ ਏਰੀਆ ਜਿੰਨਾ ਵਾਕਵੇ ਵਗੈਰਾ ਬਣਿਆ ਵਾ ਨਾ, ਇਹ ਟੋਟਲੀ ਨਵਾਂ ਵਾ, ਮਤਲਬ ਤਕਰੀਬਨ 2 ਸਾਲ ਹੋਏ ਨੇ ਇਹਨੂੰ ਬਣਾਏ ਨੂੰ, ਕਾਫੀ ਪੈਸਾ ਇੱਥੇ ਗੌਰਮੈਂਟ ਨੇ ਖਰਚ ਕੀਤਾ, ਜਿਵੇਂ ਨਾਲ ਦੀ ਨਾਲ ਇੱਥੇ ਪੱਕਾ ਕਰਕੇ ਸਾਰਾ ਪੱਥਰ ਵਗੈਰਾ ਲਾ ਕੇ, ਮਤਲਬ ਵਾਟਰ ਦੇ ਫਰੰਟ 'ਤੇ ਬੈਠਣ ਲਈ ਜਗ੍ਹਾ ਜਗ੍ਹਾ 'ਤੇ ਦੇਖੋ ਬੈਂਚ ਲਾਏ ਹੋਏ ਨੇ, ਲੋਕਾਂ ਦੇ ਵਾਕ ਕਰਨ ਲਈ ਖੁੱਲ੍ਹਾ ਏਰੀਆ ਬਣਾਇਆ, ਇੱਧਰਲੀ ਸਾਈਡ 'ਤੇ ਪਾਰਕਿੰਗ ਵੱਡੀ ਕੀਤੀ ਆ।
ਅਤੇ ਬਾਕੀ ਪਲਾਂਟਸ ਵਗੈਰਾ ਕਾਫੀ ਲੈਣੇ ਹੁਣ ਜਿਵੇਂ ਕ੍ਰਿਸਮਸ ਜਾਂ ਸਮਰ ਟਾਈਮ ਨਾ ਜਦੋਂ ਥੋੜ੍ਹਾ ਫੈਸਟੀਵਲ ਸੀਜ਼ਨ ਹੁੰਦਾ ਤਾਂ ਕਾਫੀ ਇੱਥੇ ਲਾਈਟਨਿੰਗ ਵਗੈਰਾ ਵਧੀਆ ਕਰ ਦਿੰਦੇ ਆ ਸੋ ਬਹੁਤ ਵਧੀਆ ਵਾ ਅਤੇ ਬਾਕੀ ਅੰਦਰਲੇ ਪਾਸੇ ਕਾਫੀ ਮਤਲਬ ਕੰਮ ਵੀ ਚੱਲ ਰਿਹਾ ਹਾਲੇ ਬਟ ਉਹ ਸਾਰਾ ਦਾ ਸਟੈਂਡ ਆ ਇੱਥੇ ਜਿਵੇਂ ਮੈਂ ਦੱਸਿਆ ਪਹਿਲਾਂ ਇੰਡੀਅਨ ਰੈਸਟੋਰੈਂਟ ਹੈਗੇ ਆ ਚਾਈਨੀਜ਼ ਅਲੱਗ ਅਲੱਗ ਕੰਟਰੀਜ਼ ਦੇ ਮਤਲਬ ਤੁਹਾਨੂੰ ਕਾਫੀ ਤਰ੍ਹਾਂ ਦਾ ਫੂਡ ਇੱਥੇ ਟਰਾਈ ਕਰਨ ਨੂੰ ਮਿਲ ਸਕਦਾ ਕੈਫੇਸ ਵਗੈਰਾ ਬਹੁਤ ਨੇ ਇੱਥੇ ਸੋ ਟਰਾਈ ਕਰ ਰਿਹਾ ਕਿ ਪਬਲਿਕ ਮੋਰ ਆਵੇ ਇੱਥੇ ਹੈ ਨਾ ਤਾਂ ਕਿ ਥੋੜ੍ਹਾ ਜਿਹਾ ਮਤਲਬ ਬਿਜ਼ਨਸ ਨੂੰ ਵੀ ਫਾਇਦਾ ਹੁੰਦਾ ਅਤੇ ਕੰਟਰੀ ਨੂੰ ਤਾਂ ਫਾਇਦਾ ਹੋਣਾ ਹੀ ਆ ਜਦੋਂ ਕੋਈ ਮੋਰ ਟੂਰਿਸਟ ਆਉਂਦੇ ਆ ਮੋਰ ਪੀਪਲ ਆਉਂਦੇ ਆ ਹੈ ਨਾ ਟੋਰਾਂਗਾ ਬਹੁਤ ਵਧੀਆ ਡੈਸਟੀਨੇਸ਼ਨ ਹੈ ਘੁੰਮਣ ਫਿਰਨ ਵਾਸਤੇ ਆਪਾਂ ਹੁਣ ਲੋਕਲ ਇੱਥੇ ਰਹਿੰਦੇ ਹਾਂ ਤਾਂ ਕਈ ਵਾਰ ਉਨੀ ਕਦਰ ਨਹੀਂ ਪਾਉਂਦਾ ਬੰਦਾ ਪਰ ਰੀਅਲੀ ਗੁੱਡ ਆ ਇੱਥੇ ਟੋਰਾਂਗਾ ਆਪਾਂ ਤਾਂ ਜਦ ਦੇ ਨਿਊਜ਼ੀਲੈਂਡ 'ਚ ਆਏ ਸ਼ੁਰੂ ਤੋਂ ਟੋਰਾਂਗੇ ਦੇ ਵਿੱਚ ਹਾਂ ਸੋ ਆ ਜਿਵੇਂ ਛੋਟਾ ਜਿਹਾ ਨਾ ਇੱਥੇ ਹੇਰੀ ਮੈਕਲੇਰੀ ਪਾਰਕ ਬਣਾਇਆ ਹੋਇਆ ਇਹਦੀ ਬੈਕ ਸਾਈਡ 'ਤੇ ਮਤਲਬ ਜਿਵੇਂ ਝੂਲੇ ਵਗੈਰਾ ਲਾਏ ਹੋਏ ਨੇ ਅਤੇ ਆਹ ਸਕਲਪਚਰ ਜਿਹਾ ਬਣਾਇਆ ਹੋਇਆ ਜਾਨਵਰਾਂ ਦੇ ਅਲੱਗ ਅਲੱਗ ਉੱਦਾਂ ਹੀ ਬੱਚਿਆਂ ਨੂੰ ਅਟਰੈਕਟ ਕਰਨ ਦੇ ਆ ਇਹਦੇ ਬਾਰੇ ਥੋੜ੍ਹੀ ਜਿਹੀ ਨੌਲੇਜ ਦਿੱਤੀ ਹੋਈ ਜੇ ਤੁਸੀਂ ਪੜ੍ਹਨਾ ਚਾਹੋ ਤਾਂ ਵੀਡੀਓ ਪੌਜ਼ ਕਰਕੇ ਦੇਖ ਸਕਦੇ ਹੋ ਨੇ ਬੱਚਿਆਂ ਵਾਸਤੇ ਅਤੇ ਉਹ ਵਾਟਰ ਫਾਊਂਟੇਨ ਵਗੈਰਾ ਲੱਗੇ ਹੋਏ ਨੇ ਆਹ ਸਾਰਾ ਵਾਟਰ ਫਰੰਟ ਆ ਇੱਧਰ ਅਤੇ ਜਿਹੜਾ ਪਿੱਛੇ ਬ੍ਰਿਜ ਦੇਖ ਰਹੇ ਆਹ ਵਾਲਾ ਇਹ ਟ੍ਰੇਨ ਵਾਸਤੇ ਆ ਕਿਉਂਕਿ ਇਹਦੀ ਰਾਈਟ ਸਾਈਡ 'ਤੇ ਨਾ ਇੱਧਰ ਅੱਗੇ ਜਾ ਕੇ ਮਤਲਬ ਇੱਧਰ ਨੂੰ ਜਾ ਕੇ ਸਾਰਾ ਉੱਧਰ ਪੋਰਟ ਆ ਤਰੰਗੇ ਦਾ ਤਾਂ ਜਿੰਨੇ ਵੀ ਜਿਵੇਂ ਕੰਟੇਨਰ ਜਾਂ ਵੁਡਨ ਕੋਈ ਵੀ ਇੱਦਾਂ ਦੀਆਂ ਟ੍ਰੇਨ ਆਉਂਦੀਆਂ ਨੇ ਤਾਂ ਉਹ ਇਸ ਬ੍ਰਿਜ ਰਾਹੀਂ ਆਉਂਦੀਆਂ ਨੇ ਬਾਕੀ ਨਿਊਜ਼ੀਲੈਂਡ ਜਿਹੜੇ ਪਾਸੇ ਦੇਖੋਗੇ ਤੁਹਾਨੂੰ ਮਾਊਂਟੇਨ ਤਾਂ ਦੇਖਣਗੇ ਹੈਗਾ ਜੀ ਦਾ ਸਟੈਂਡ ਅਤੇ ਆ ਇੱਕ ਫੂਡ ਸਟਰੀਟ ਬਣਾਈ ਹੈ ਇਹਨਾਂ ਨੇ ਸੋ ਮਤਲਬ ਇੱਥੇ ਫੂਡ ਸਟਰੀਟ ਦੇ ਅੰਦਰ ਜਿਵੇਂ ਅਲੱਗ ਅਲੱਗ ਖਾਣ ਪੀਣ ਦੇ ਇੱਦਾਂ ਬਣਾਏ ਹੋਏ ਨੇ ਅਤੇ ਗੱਡੀ ਗੁੱਡੀ ਨਹੀਂ ਆਉਂਦੀ ਇਸ ਸਟਰੀਟ ਦੇ ਵਿੱਚ ਕੋਈ ਪਰ ਤੁਸੀਂ ਇੱਦਾਂ ਬਾਹਰ ਬੈਠ ਕੇ ਖਾ ਪੀ ਸਕਦੇ ਹੋ ਖੁੱਲ੍ਹਾ ਡੁੱਲਾ ਵਾ ਵਧੀਆ ਬਣਾਇਆ ਹੋਇਆ ਅਤੇ ਉੱਤੇ ਲਾਈਟਾਂ ਮਤਲਬ ਰਾਤ ਨੂੰ ਕਾਫੀ ਵਧੀਆ ਲੱਗਦਾ ਹੁੰਦਾ ਉਰੇ ਅਤੇ ਕਈ ਵਾਰ ਸਮਰ ਦੇ ਵਿੱਚ ਬੈਂਡਸ ਵਗੈਰਾ ਵੀ ਹੁੰਦੇ ਨੇ ਉਰੇ ਲੱਗੇ ਹੋਏ ਮਿਊਜ਼ਿਕ ਚੱਲ ਰਿਹਾ ਹੁੰਦਾ ਲਾਈਵ ਵਧੀਆ ਚੀਜ਼ ਆ ਸਵਾਗਤ ਹੋ ਇੱਧਰ ਲਓ ਜੀ ਸਵੇਰ ਤੋਂ ਦੁਪਹਿਰ ਹੋ ਗਈ ਅਤੇ ਤਕਰੀਬਨ 3 ਵੱਜ ਗਏ 3:15 ਹੋ ਗਏ ਸ਼ਾਮ ਦੇ ਮੈਂ ਆ ਗਿਆ ਸੀਗਾ ਪਾਪਾ ਮੋਲ ਸਾਈਡ ਸੋ ਕੰਮ 'ਚ ਮੂਵ ਹੁੰਦੇ ਰਹੀਦਾ ਮੈਂ ਐਕਚੁਲੀ ਹੁਣ ਬੱਸ ਡਰਾਈਵਿੰਗ ਕਰ ਰਿਹਾ ਮੈਂ ਜਿਹੜੀ ਆਪਣੀ ਆਈ ਟੀ ਆਈ ਜੋਬ ਸੀਗੀ ਉਹ ਛੱਡਤੀ ਸੀਗੀ ਅਤੇ ਬੱਸ ਡਰਾਈਵਿੰਗ ਦੀ ਵੀ ਡਿਟੇਲ ਦੇ ਵਿੱਚ ਆਪਾਂ ਵੀਡੀਓ ਬਣਾਵਾਂਗੇ ਬਟ ਬੜਾ ਇੰਜੋਏ ਕਰ ਰਿਹਾ ਇਹ ਕੰਮ ਇਹਦੇ ਵਿੱਚ ਇਹ ਵਧੀਆ ਚੀਜ਼ ਆ ਕਿ ਇੱਦਾਂ ਤੁਰਦੇ ਫਿਰਦੇ ਰਹੀਦਾ ਕਦੇ ਕਿਸੇ ਲੋਕੇਸ਼ਨ 'ਤੇ ਕਦੇ ਕਿਸੇ ਲੋਕੇਸ਼ਨ 'ਤੇ ਸੋ ਆਹ ਪਾਪਾ ਮੋਆਇਆ ਹੋਇਆ ਇੱਥੇ ਬੜੀ ਸੋਹਣੀ ਜਗ੍ਹਾ ਵਾ ਇੱਥੇ ਆਉਣਾ ਮੈਨੂੰ ਹਮੇਸ਼ਾ ਵਧੀਆ ਲੱਗਦਾ ਦੁਪਹਿਰ ਨੂੰ ਤਕਰੀਬਨ ਮੇਰਾ ਲੰਚ ਟਾਈਮ ਥੋੜ੍ਹਾ ਲੰਬਾ ਸੀਗਾ ਤਾਂ ਮੈਂ ਘਰ ਚਲੇ ਗਿਆ ਸੀਗਾ ਰੋਟੀ ਖਾਣ ਘਰ ਮਜ਼ੇ ਨਾਲ ਰੋਟੀ ਖਾਧੀ ਅੱਧਾ ਘੰਟਾ ਆਰਾਮ ਵੀ ਕੀਤਾ ਅਤੇ ਫਿਰ ਦੁਬਾਰਾ ਚਾਹ ਚੂ ਬਣਾ ਕੇ ਪੀ ਕੇ ਫਿਰ ਮੈਂ ਦੁਬਾਰਾ ਆਇਆ ਕੰਮ ਸਟਾਰਟ ਕੀਤਾ ਹੁਣ ਅਤੇ ਵੀਕਐਂਡ ਤਾਂ ਵੀਕਐਂਡ 'ਤੇ ਥੋੜ੍ਹੀਆਂ ਸ਼ਿਫਟਾਂ ਲੰਬੀਆਂ ਹੁੰਦੀਆਂ ਨੇ ਤਕਰੀਬਨ 7 ਵਜੇ ਘਰ ਜਾਊਂਗਾ ਮੈਂ ਬਾਕੀ ਵਧੀਆ ਲੱਗਦਾ ਇਹਦਾ ਨਵੀਂ ਨਵੀਂ ਜਗ੍ਹਾ 'ਤੇ ਆਉਣਾ ਨਵੀਂ ਨਵੀਂ ਜਗ੍ਹਾ ਦੇਖਣਾ ਪਰ ਮੈਨੂੰ ਜਦੋਂ ਮੌਕਾ ਲੱਗਦਾ ਹੁੰਦਾ ਨਾ ਮੈਂ ਬੱਸ ਦੇ ਵਿੱਚੋਂ ਉਤਰ ਕੇ ਇਹ ਨਹੀਂ ਕਿ ਵਿੱਚ ਬੈਠੇ ਰਹੀਦਾ ਥੋੜ੍ਹਾ ਤੁਰ ਫਿਰ ਲਈਦਾ ਬਾਹਰ ਆ ਕੇ ਨਾ ਹੁਣ ਜਿਵੇਂ ਇੱਥੇ ਆਹ ਜਿਹੜੀ ਜਗ੍ਹਾ ਵਾ ਇਹ ਹੈ ਸਾਰਾ ਮੈਨ ਮੇਡ ਆ ਜਿਵੇਂ ਲੇਕ ਵੀ ਬਣੀ ਹੋਈ ਆ ਨਾ ਜਿਹੜੀ ਮੈਂ ਤੁਹਾਨੂੰ ਦਿਖਾਉਣਾ ਚੰਗੀ ਤਰ੍ਹਾਂ ਇਹ ਵੀ ਮੈਨ ਮੇਡ ਆ ਇੱਥੇ ਅਤੇ ਬੜੀ ਵਧੀਆ ਪਰ ਇੱਥੇ ਫਿਸ਼ਸ ਵਗੈਰਾ ਵੀ ਹੁੰਦੀਆਂ ਨੇ ਆਹ ਡੱਕਸ ਵਗੈਰਾ ਫਿਰਦੀਆਂ ਨੇ ਆਲ ਦੁਆਲੇ ਘਰ ਨੇ ਸੋਹਣੀ ਜਗ੍ਹਾ ਵਾ ਇਹ ਕਾਫੀ ਮਜ਼ੇਦਾਰ ਆ
ਬਾਕੀ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਸਿਟੀ ਸੈਂਟਰ ਦੀ, ਸਿਟੀ ਸੈਂਟਰ ਦਾ ਜਿਹੜਾ ਮਤਲਬ ਮੇਨ ਸਿਟੀ ਸੈਂਟਰ 'ਚ ਹੁੰਦਾ ਕੀ ਆ, ਇੱਕ ਤਾਂ ਬੱਸ ਸਟੋਪ ਆ ਜਿਹੜਾ ਜਿੱਥੇ ਕਿ ਸਾਰੀਆਂ ਇੰਟਰਸਿਟੀ ਬੱਸਿਸ ਜਿਹੜੀਆਂ ਹੋਰ ਸ਼ਹਿਰਾਂ ਤੋਂ ਆਉਂਦੀਆਂ ਅਤੇ ਟੋਰੰਗੇ ਦੇ ਵਿੱਚ ਵੀ ਜਿੰਨੀਆਂ ਬੱਸਾਂ ਘੁੰਮਦੀਆਂ ਸਾਰੀਆਂ ਉੱਥੇ ਆ ਕੇ ਫਿਨਿਸ਼ ਹੁੰਦੀਆਂ। ਸੋ ਮੇਨ ਬੱਸ ਸਟੋਪ ਸਿਟੀ ਦੇ ਅੰਦਰ ਆ, ਡਰਹਮ ਸਟਰੀਟ ਆ ਜਿੱਥੇ ਹੈਗਾ। ਉਸ ਤੋਂ ਇਲਾਵਾ ਜਿਹੜੇ ਕਾਉਂਸਲ ਦੇ ਮੇਨ ਆਫਿਸਿਸ ਨੇ, ਮਤਲਬ ਕਿ ਸਰਕਾਰੀ ਅਦਾਰੇ ਆ, ਉਹ ਸਾਰੇ ਸਿਟੀ ਦੇ ਅੰਦਰ ਨੇ। ਮਤਲਬ ਸਿਟੀ ਸੈਂਟਰ ਦੇ ਵਿੱਚ ਆਲੇ ਦੁਆਲੇ ਜਗ੍ਹਾ ਜਗ੍ਹਾ 'ਤੇ ਬਣੇ ਹੋਏ ਨੇ, ਦੋ ਤਿੰਨ ਜਗ੍ਹਾ 'ਤੇ। ਅਤੇ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਥੋੜ੍ਹਾ ਬਹੁਤ ਦਿਖਾਊਂਗਾ ਵੀ ਹੋਰ ਸਿਟੀ ਦੇ ਵਿੱਚ ਜਾ ਕੇ। ਹੁਣ ਮੈਂ ਉੱਧਰ ਨੂੰ ਚੱਲਿਆ ਅਤੇ ਟਰਾਈ ਕਰੂੰਗਾ ਕਿ ਅੱਜ ਦੇ ਦਿਨ 'ਚ ਬਲੌਗ ਪੂਰਾ ਕਰ ਦਈਏ, ਜੇ ਨਾ ਹੋਇਆ ਤਾਂ ਆਪਾਂ ਕੱਲ੍ਹ ਨੂੰ ਵੀ ਕੈਰੀ ਔਨ ਕਰਾਂਗੇ। ਪਰ ਤੁਹਾਨੂੰ ਮੈਂ ਡਿਟੇਲ ਦੇ ਵਿੱਚ ਦਿਖਾਊਂ ਕਿ ਇੱਕ ਸਿਟੀ ਸੈਂਟਰ ਹੁੰਦਾ ਕਿਵੇਂ ਦਾ ਵਾ। ਬੱਸ ਆ ਗਈ ਆਪਣੀ, ਚੱਲਦੇ ਹਾਂ ਬੱਸ ਦੇ ਅੰਦਰ। ਤੁਰੇ ਜਾਂਦੇ ਨਾ ਬੜਾ ਸੋਹਣਾ ਸ਼ੈਲ ਲੱਭਿਆ, ਮੈਂ ਕਿਹਾ ਚੱਲ ਘਰੇ ਲੈ ਕੇ ਚੱਲਦੇ ਹਾਂ ਲੀਨ ਵਾਸਤੇ, ਉਹਨੂੰ ਦਿਖਾਵਾਂਗੇ, ਬੜੀ ਖੁਸ਼ ਹੋਊਗੀ। ਸ਼ਾਮ ਦੇ 6 ਵੱਜ ਗਏ ਜੀ, ਮੈਂ ਦੁਬਾਰਾ ਸਿਟੀ ਦੇ ਵਿੱਚ ਆ ਗਿਆ। ਅਤੇ ਮੈਂ ਜਿਹੜੀਆਂ ਲਾਈਟਾਂ ਦੀ ਗੱਲ ਕਰਦਾ ਸੀ ਫੂਡ ਸਟਰੀਟ 'ਤੇ, ਤੁਹਾਨੂੰ ਮੈਂ ਦਿਖਾਉਣਾ ਕਿਉਂਕਿ ਹੁਣ ਉਹ ਆਨ ਨੇ। ਬੱਸ ਮੈਂ ਇੱਧਰ ਖੜੀ ਕਰਤੀ, ਚੱਲਦੇ ਹਾਂ ਉੱਧਰਲੇ ਪਾਸੇ ਨੂੰ। ਦੇਖੋ ਜੀ ਨਾਲੇ ਲਾਈਟਾਂ ਚੇਂਜ ਵੀ ਹੋ ਰਹੀਆਂ ਨੇ, ਕਲਰ ਇਹਨਾਂ ਦੇ ਹੁਣ ਗ੍ਰੀਨ ਹੋ ਗਿਆ, ਪਰਪਲ ਹੋ ਗਿਆ। ਸੋ ਆਹ ਚੀਜ਼ ਆ ਜੀ, ਮਤਲਬ ਵਧੀਆ ਲੱਗਦਾ ਇੱਥੇ। ਸ਼ਾਮ ਹੋ ਗਈ, ਮੈਂ ਐਕਚੁਲੀ ਆ ਘਰ ਲੰਚ ਕਰਨ ਗਿਆ ਨਾ, ਤਾਂ ਮੈਂ ਆਪਣੀ ਕੋਟੀ ਘਰ ਭੁੱਲ ਗਿਆ। ਹੁਣ ਥੋੜ੍ਹੀ ਥੋੜ੍ਹੀ ਠੰਡ ਲੱਗ ਰਹੀ ਆ, ਦਿਨ 'ਚ ਤਾਂ ਧੁੱਪ ਸੀ, ਦਿਨ 'ਚ ਠੀਕ ਰਿਹਾ, ਪਰ ਦੁਬਾਰਾ ਠੰਡ ਹੋ ਗਈ। ਐਨੀਵੇ ਕੋਈ ਗੱਲ ਨਹੀਂ, ਬੱਸ 'ਚ ਨਹੀਂ ਲੱਗਦੀ, ਬਾਹਰ ਨਿਕਲ ਕੇ ਲੱਗਦੀ ਆ। ਮੈਂ ਕੁਇਕਲੀ ਕੁਛ ਖਾ ਕੇ ਨਾ ਬਾਹਰ ਨਿਕਲਿਆ, ਮੈਂ ਕਿਹਾ ਚੱਲ, ਮਤਲਬ ਸਾਡਾ ਬ੍ਰੇਕ ਰੂਮ ਆ ਇੱਥੇ, ਮੈਂ ਕਿਹਾ ਮਾੜਾ ਦੇਖੀਏ ਵੀ ਅੱਜ ਸੈਟਰਡੇ ਨਾਈਟ ਆ, ਕੀ ਰੰਗ ਤਮਾਸ਼ਾ ਵਾ ਸਿਟੀ ਦਾ। ਪਰ ਕੁਆਇਟ ਜਿਹਾ ਹੀ ਲੱਗ ਰਿਹਾ, ਨਹੀਂ ਤਾਂ ਆਹ ਜਗ੍ਹਾ ਕਾਫੀ ਭਰੀ ਹੁੰਦੀ ਆ ਉੱਦਾਂ ਨੋਰਮਲੀ। ਅੱਗੇ ਜਾ ਕੇ ਦੇਖਦੇ ਹਾਂ ਸਟੈਂਡ ਸਾਈਡ 'ਤੇ ਵੀ ਕਿਵੇਂ ਆ। ਅੱਛਾ, ਹਰੇਕ ਸ਼ਹਿਰ ਦੇ ਵਿੱਚ ਨਾ ਇੱਕ ਇਨਫੋਰਮੇਸ਼ਨ ਸਾਈਟ ਹੁੰਦੀ ਆ, ਇਨਫੋਰਮੇਸ਼ਨ ਸੈਂਟਰ, ਉਹ ਬੇਸਿਕਲੀ ਮਤਲਬ ਸਿਟੀ ਸੈਂਟਰ ਦੇ ਵਿੱਚ ਹੁੰਦਾ। ਉੱਥੋਂ ਤੁਸੀਂ ਉਸ ਸ਼ਹਿਰ ਦੀ ਕੋਈ ਵੀ ਇਨਫੋਰਮੇਸ਼ਨ ਲੈ ਸਕਦੇ ਹੋ, ਅਤੇ ਮੋਸਟਲੀ ਸਾਰੀ ਇਨਫੋਰਮੇਸ਼ਨ ਫਰੀ ਹੁੰਦੀ ਆ। ਕੋਈ ਬੁੱਕਲੈਟ ਆ, ਅਕੋਮੋਡੇਸ਼ਨ ਲੱਭਣੀ ਆ, ਜਾਂ ਕੋਈ ਜਗ੍ਹਾ ਦੇਖਣੀਆਂ ਨੇ, ਉੱਥੇ ਆ ਕੇ ਤੁਸੀਂ ਪੁੱਛ ਸਕਦੇ ਹੋ। ਸੋ ਆਹ ਸਟੈਂਡ 'ਤੇ ਬਣਿਆ ਹੋਇਆ ਟੋਰੰਗੇ ਦਾ ਵਿਜ਼ਿਟਰ ਇਨਫੋਰਮੇਸ਼ਨ ਸੈਂਟਰ, ਜਾਂ ਆਈ ਸਾਈਟ ਵੀ ਇਹਨੂੰ ਕਹਿ ਦਿੰਦੇ ਆ। ਇਸ ਟਾਈਮ ਬੰਦ ਆ, ਨਹੀਂ ਤਾਂ ਆਪਾਂ ਤੁਹਾਨੂੰ ਅੰਦਰੋਂ ਵੀ ਦਿਖਾਉਂਦੇ। ਬਟ ਬੇਸਿਕਲੀ ਇੱਥੇ ਜਿਵੇਂ ਬਾਈਕਸ ਵਗੈਰਾ ਖੜੀਆਂ ਨੇ, ਇਲੈਕਟ੍ਰਿਕ ਬਾਈਕਸ, ਪੁਸ਼ ਬਾਈਕਸ, ਉਹ ਹਾਇਰ ਕਰ ਸਕਦੇ ਹੋ। ਜੇ ਤੁਸੀਂ ਕੋਈ ਸਾਈਟ ਸੀਇੰਗ ਕਰਨੀ ਆ, ਕੋਈ ਜਗ੍ਹਾ ਦੇਖਣ ਜਾਣੀ ਆ, ਈਵਨ ਉਹਦੀਆਂ ਟਿਕਟਾਂ ਵੀ ਪਰਚੇਜ਼ ਕਰ ਸਕਦੇ ਹੋ ਇੱਥੋਂ ਤੁਸੀਂ। ਪਰ ਕੋਈ ਖਾਸ ਰੌਣਕ ਹੈ ਨਹੀਂ ਗੀ ਅੱਜ ਕੁਆਲਿਟੀ ਆ। ਦੇਖੋ ਆਹ ਪੱਬ ਵਗੈਰਾ ਨੇ ਨੋਰਮਲੀ ਭਰੇ ਪਏ ਹੁੰਦੇ ਆ, ਅਤੇ ਖਾਲੀ ਉਹ ਨੇ ਅੱਜ ਕਿਸਮ ਦੇ। ਸੋ ਆਹ ਜਿਵੇਂ ਏਸ਼ੀਅਨ ਸਟਰੀਟ ਫੂਡ ਰੈਸਟੋਰੈਂਟ ਆ, ਇਹਦੇ ਵੀ ਅੰਦਰ ਇੱਕ ਦੋ ਟੇਬਲ ਬੈਠੇ ਨੇ, ਬਾਕੀ ਖਾਲੀ ਆ। ਅਤੇ ਇੱਧਰਲੀ ਸਾਈਡ 'ਤੇ ਆ ਸਟਾਰ ਬਕਸ ਆ ਗਿਆ ਕੋਰਨਰ 'ਤੇ। ਅੱਛਾ, ਕੈਫੇ ਵਾਧੂ ਹੁੰਦੇ ਆ ਸਿਟੀ ਸੈਂਟਰ। ਵੈਸੇ ਤਾਂ ਕੈਫੇ ਹਰ ਜਗ੍ਹਾ 'ਤੇ ਹੀ ਆ, ਕੌਫੀ ਕਲਚਰ ਆ ਨਿਊਜ਼ੀਲੈਂਡ ਦਾ। ਤੁਹਾਨੂੰ ਹਰ ਇੱਕ ਐਂ ਕਹਿ ਲਓ ਵੀ 100 ਕੁ ਕਦਮਾਂ 'ਤੇ ਇੱਕ ਅੱਧਾ ਕੈਫੇ ਮਿਲੇ ਜਾਣਾ। ਅਤੇ ਬੈਂਕ ਹੈਗੇ ਨੇ, ਲਗਭਗ ਸਾਰੇ ਬੈਂਕ ਹੈਗੇ ਨੇ ਸਿਟੀ ਸੈਂਟਰ ਦੇ ਅੰਦਰ। ਅਤੇ ਇੱਧਰਲੀ ਸਾਈਡ 'ਤੇ ਜਿਵੇਂ ਬਿਲਡਿੰਗ ਆਹ ਸਾਰੀਆਂ ਨਵੀਆਂ ਬਣੀਆਂ ਨੇ, ਜਿਹੜੀਆਂ ਇੱਧਰ ਉੱਤੇ ਬਣੀਆਂ ਹੋਈਆਂ ਨੇ, ਵਧੀਆ ਬਣਾਈਆਂ ਨੇ। ਅਤੇ ਟਰੈਵਲ ਏਜੰਟ ਜਿੰਨੇ ਕੁ ਹੈਗੇ ਨੇ, ਉਹ ਵੀ ਸਿਟੀ ਸੈਂਟਰ ਦੇ ਵਿੱਚ ਹੁੰਦੇ ਆ ਮੋਸਟਲੀ। ਬਾਕੀ ਸਿਟੀ ਸੈਂਟਰ ਦੇ ਜਿਹੜੇ ਅੰਦਰ ਮਤਲਬ ਵਾਕਿੰਗ ਵਾਸਤੇ ਵੀ ਕਾਫੀ ਕੁਛ ਬਣਾਇਆ, ਪਰ ਇਹ ਕੰਟਰੀਜ਼ ਦੀ ਮੈਨੂੰ ਇੱਕ ਚੀਜ਼ ਵਧੀਆ ਲੱਗਦੀ ਆ, ਹਰ ਜਗ੍ਹਾ 'ਤੇ ਫੁੱਟਪਾਥ ਹੁੰਦੇ ਆ ਨਾ, ਤੁਸੀਂ ਵਾਕ ਕਰ ਸਕਦੇ ਹੋ ਫੈਮਿਲੀ ਨਾਲ, ਬੱਚਿਆਂ ਨਾਲ, ਜਾਂ ਲੋਕ ਆਪਣੇ ਪੈਟਸ ਵਗੈਰਾ ਲੈ ਕੇ ਨਿਕਲਦੇ ਆ, ਜਾਂ ਸਾਈਕਲਿੰਗ 'ਤੇ ਅੱਜ ਕੱਲ੍ਹ ਬਹੁਤ ਜ਼ੋਰ ਲਾ ਰਿਹਾ, ਸਾਈਕਲ ਲੇਨਸ ਜਗ੍ਹਾ ਜਗ੍ਹਾ 'ਤੇ ਬਣ ਰਹੀਆਂ ਨੇ, ਜੋ ਕਿ ਬਹੁਤ ਵਧੀਆ ਗੱਲ ਆ। ਇਹ ਕੋਸ਼ਿਸ਼ ਕਰ ਰਿਹਾ ਕਿ ਸਾਰੀ ਕੰਟਰੀ ਨੂੰ ਕਵਰ ਕਰਨ ਲਈ ਵੀ ਸਾਈਕਲ ਲੇਨਸ ਹੋਣ ਹਰ ਜਗ੍ਹਾ ਦੇ ਉੱਤੇ ਨਾ। ਬਾਕੀ ਆਪਾਂ ਇੱਧਰ ਨੂੰ ਚੱਲਦੇ ਹਾਂ, ਥੋੜ੍ਹਾ ਤੁਹਾਨੂੰ ਇੱਧਰੋਂ ਦਿਖਾ ਲਿਆਉਣਾ। ਸੋ ਇੱਥੇ ਜਿਵੇਂ ਰੋਬਰਟ ਹੈਰਿਸ ਕੈਫੇ ਆ, ਇਸ ਕੋਰਨਰ ਦੇ ਉੱਤੇ ਨਾ ਪਹਿਲਾਂ ਲਾਇਬ੍ਰੇਰੀ ਹੁੰਦੀ ਸੀਗੀ, ਉਹ ਲਾਇਬ੍ਰੇਰੀ ਢਾਹਤੀ ਹੁਣ ਇਹਨਾਂ ਨੇ, ਤਾਂ ਇੱਥੇ ਨਵੀਂ ਬਿਲਡਿੰਗ ਬਣ ਰਹੀ ਆ, ਅਤੇ ਇਨਫੋਰਮੇਸ਼ਨ ਸਾਈਟ ਸੀ ਪਹਿਲਾਂ ਇਸ ਜਗ੍ਹਾ 'ਤੇ। ਸੋ ਇੱਕ ਇਹ ਵੀ ਚੀਜ਼ ਆ, ਜਿਵੇਂ ਲਾਇਬ੍ਰੇਰੀਜ਼ ਵਗੈਰਾ ਜਿਹੜੀਆਂ ਹੁੰਦੀਆਂ ਨੇ ਮੇਨ, ਜਿਵੇਂ ਵੱਡੀ ਲਾਇਬ੍ਰੇਰੀ ਹੈ ਟੋਰੰਗੇ ਦੀ, ਉਹ ਸਿਟੀ ਸੈਂਟਰ ਦੇ ਵਿੱਚ ਆ, ਇੱਕ ਦੋ ਜਗ੍ਹਾ 'ਤੇ ਹੋਰ ਵੀ ਉਹਦੀਆਂ ਬ੍ਰਾਂਚਸ ਨੇ। ਅਤੇ ਇੱਕ ਮੋਬਾਈਲ ਲਾਇਬ੍ਰੇਰੀ ਵੀ ਹੁੰਦੀ ਜਿਹੜੀ ਬੱਸ ਦੇ ਵਿੱਚ ਹੁੰਦੀ ਆ, ਉਹ ਬੱਸ ਫਿਰ ਅਲੱਗ ਅਲੱਗ ਜਗ੍ਹਾ 'ਤੇ ਜਾ ਕੇ ਖੜੀ ਹੋ ਜਾਂਦੀ ਆ, ਵੱਡੀ ਬੱਸ ਹੁੰਦੀ ਆ ਕਾਫੀ। ਸੋ ਤੁਸੀਂ ਉੱਥੇ ਬੱਸ ਦੇ ਵਿੱਚ ਬੈਠ ਕੇ ਬੁੱਕ ਪੜ੍ਹ ਵੀ ਸਕਦੇ ਹੋ, ਅਤੇ ਉੱਥੋਂ ਆਪਣਾ ਹਾਇਰ ਵੀ ਕਰ ਸਕਦੇ ਹੋ, ਮਤਲਬ ਲੈ ਸਕਦੇ ਹੋ ਰੈਂਟ ਵਗੈਰਾ 'ਤੇ ਬੁੱਕਸ। ਇਹ ਬੜੀ ਵਧੀਆ ਚੀਜ਼ ਆ, ਇੱਕ ਨਾ ਬੁੱਕਸ ਪੜ੍ਹਨੀਆਂ ਚਾਹੀਦੀਆਂ। ਹਾਂ, ਨੀਚੇ ਲਿਖਿਆ ਹੋਇਆ ਨਾ MC ਮੀਨਸ ਮੋਟਰਸਾਈਕਲ ਸਟੈਂਡ, ਇਹ ਤੁਹਾਨੂੰ ਹਰ ਜਗ੍ਹਾ 'ਤੇ ਮਿਲ ਜੂਗਾ ਜਿੱਥੇ ਮੋਟਰਸਾਈਕਲ ਪਾਸ ਕਰ ਸਕਦੇ ਹੋ। ਸੋ
तकरीबन एक पार्किंग दे विच दो या तीन मोटरसाइकिल आराम नाल पार्क हो जाते हैं। यह बड़ी मौज आ। बाकी इदा जगह जगह पर काम चलता, थोनू ऑरेंज कोन हर जगह पर दिखेंगे। अजकल तो न्यूजीलैंड कंट्री ऑफ ऑरेंज कोन ही कह रहे हैं। सो यह सी जी अज का ब्लॉग। मैं दोबारा अपने जो ब्रेक रूम आ साडा सिटी सेंटर के अंदर बने हुआ, और देखो सामने लाइट्स वगैरह दिख रही नहीं, बाहर फूड स्ट्रीट के बिल्कुल नाल उदा ही बैठे बैठे दिमाग च आया से, मैं क्या भी चल तुहाडे नाल शेयर कर दें भी अपना सिटी सेंटर किवें दा वा। बाकी जे तुसीं चाहुंदे हो बस की डिटेल दे विच वीडियो बनावा भी जॉब किवें मिलती आ, पे रेट की आ, किवें दा काम आ, किहड़ियां गुड थिंग्स ने, किहड़ियां बैड थिंग्स ने, नाले आपां कुछ ड्राइवर वीरां नाल भी गलबात करांगे चंगी तरह, तां कमेंट जरूर करियो। वीडियो नूं लाइक नहीं कीता जरूर कर दिओ, चैनल नूं सबसक्राइब नहीं कीता ओह वी जरूर कर लिओ। ठीक है जी, इह वाली वीडियो आपां इत्थे फिनिश करदे आ। तो जे वधिया लगी तो लाइक किए बिना ना जायो। मिलते हैं छेती तुहानू अगली वीडियो दे विच। उद तक लई प्यार भरी सत श्री अकाल।